ਹਾਲੇਲੂਯਾ ਹਾਲੇਲੂਯਾ ਹਾਲੇਲੂਯਾ। ਮੇਰਾ ਨਾਮ ਰਜਿੰਦਰ ਮਸੀਹ ਜੀ, ਇੱਥੇ ਹਯਾਤ ਨਗਰ ਕਲੋਨੀ ਤੋਂ, ਕ੍ਰਿਸਚਨ ਕਲੋਨੀ ਤੋਂ ਅਸੀਂ ਜਿਹੜੇ ਨੌਜਵਾਨ ਨੇ ਸਾਰੇ ਅੱਜ ਇਕੱਠੇ ਹੋਏ ਆ, ਅਤੇ ਜਿਹੜੀ ਪੰਚਾਇਤ ਵੱਲੋਂ ਸਾਨੂੰ 1 ਕਿੱਲੇ ਦੀ ਗਰਾਊਂਡ ਦਿੱਤੀ ਗਈ ਆ, ਅਤੇ ਇਸ ਗਰਾਊਂਡ ਵਿੱਚ ਅਸੀਂ ਅੱਜ ਜੋ ਬੂਟੇ ਨੇ ਉਹ ਲਗਾ ਰਹੇ ਹਾਂ, ਕਿਉਂਕਿ ਅੱਜ ਕੱਲ੍ਹ ਦੇ ਟੈਂਪਰੇਚਰ ਨੂੰ ਦੇਖਦੇ ਹੋਇਆਂ ਬੂਟੇ ਲਗਾਉਣੇ ਜਿਹੜੇ ਆ ਬਹੁਤ ਜ਼ਰੂਰੀ ਆ, ਕਿਉਂਕਿ ਅੱਜ ਕੱਲ੍ਹ ਜੋ ਗਰਮੀ ਦਾ ਮਾਹੌਲ ਹੈ ਅਤੇ ਗਰਮੀ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ ਦਿਨ ਬ ਦਿਨ, ਸੋ ਸਾਨੂੰ ਬੂਟੇ ਲਗਾਉਣ ਦੀ ਬਹੁਤ ਲੋੜ ਹੈ। ਇਹ ਮੈਂ ਮੈਸੇਜ ਦੇਣਾ ਚਾਹੁੰਦਾ ਵਾਂ ਨਵੇਂ ਯੂਥ ਨੂੰ ਅਤੇ ਸਾਰੇ ਵੀਰਾਂ ਨੂੰ ਵੀ ਬੂਟੇ ਜਿਹੜੇ ਆ ਉਹ ਵੱਧ ਤੋਂ ਵੱਧ ਲਗਾਏ ਜਾਣ, ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਇੰਨੀ ਤਪਸ਼, ਇੰਨੀ ਗਰਮੀ ਦਾ ਸਾਹਮਣਾ ਸਾਨੂੰ ਨਾ ਕਰਨਾ ਪਏ। ਅਤੇ ਇਹ ਜਿਹੜੀ ਗਰਾਊਂਡ ਸਾਨੂੰ ਮਿਲੀ ਆ, ਇਹ ਗਰਾਊਂਡ ਲਈ ਅਸੀਂ ਧੰਨਵਾਦ ਕਰਦੇ ਹਾਂ ਆਪਣੀ ਪੰਚਾਇਤ ਦਾ। ਅਤੇ ਇਹ ਗਰਾਊਂਡ ਜਿਹੜੀ ਹੈ ਇਹ ਇਸ ਕਰਕੇ ਲਈ ਗਈ ਹੈ ਕਿ ਜੋ ਅੱਜ ਕੱਲ੍ਹ ਦੇ ਨੌਜਵਾਨ ਨੇ ਨਸ਼ਿਆਂ ਦੇ ਵੱਲ ਬਹੁਤ ਵੱਧ ਰਹੇ ਨੇ, ਸੋ ਜਿਹੜੇ ਬੱਚੇ ਨਸ਼ਿਆਂ ਦੇ ਵੱਲ ਵੱਧ ਰਹੇ ਨੇ ਨਸ਼ੇ ਰੋਕਣ ਵਾਸਤੇ ਗਰਾਊਂਡ ਲਈ ਗਈ ਹੈ ਕਿ ਗਰਾਊਂਡ ਲੈਵਲ 'ਤੇ ਜਿਹੜੇ ਬੱਚੇ ਨੇ ਉਹ ਆਉਣਗੇ, ਇੱਥੇ ਖੇਡਾਂ ਖੇਡਣਗੇ ਅਤੇ ਜਿਹੜੇ ਨਸ਼ਿਆਂ ਤੋਂ ਉਹ ਦੂਰ ਰਹਿਣਗੇ। ਸੋ ਅਸੀਂ ਸਾਰੇ ਨੌਜਵਾਨ ਯੂਥ ਨੂੰ ਬੇਨਤੀ ਕਰਦੇ ਹਾਂ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਅਤੇ ਗਰਾਊਂਡ ਲੈਵਲ 'ਤੇ ਆਪਣੀਆਂ ਪਿੰਡਾਂ ਦੀਆਂ ਗਰਾਊਂਡਾਂ ਜਿਹੜੀਆਂ ਨੇ ਉਹਨਾਂ 'ਤੇ ਆ ਕੇ ਖੇਡਾਂ ਕਰਨ ਅਤੇ ਗਾਂਹ ਤੋਂ ਗਾਂਹ ਤਰੱਕੀ ਹਾਸਲ ਕਰਨ। ਭਾਅ ਜੀ ਕਿੰਨੇ ਜਿਹੜੇ ਬੂਟੇ ਲਗਾਏ ਜਾ ਰਹੇ ਆ ਜੀ ਸਾਡੇ? ਇਹ 60 ਬੂਟੇ ਜਿਹੜੇ ਨੇ ਵਣ ਵਿਭਾਗ ਵੱਲੋਂ ਦਿੱਤੇ ਗਏ ਨੇ ਜੀ। ਇਹ 60 ਬੂਟੇ ਜਿਹੜੇ ਨੇ ਅੱਜ ਇਹ ਨੌਜਵਾਨ ਜੋ ਮੇਰੇ ਨਾਲ ਮੇਰੇ ਸਹਿਯੋਗੀ ਨੇ ਇਹਨਾਂ ਦੇ ਦੁਆਰਾ ਸਾਰੇ ਲਗਾਏ ਜਾ ਰਹੇ ਨੇ ਜੀ। ਭਾਅ ਜੀ ਨੌਜਵਾਨਾਂ ਨੂੰ ਇਹੀ ਦੇਣਾ ਚਾਹੁੰਦੇ ਹਾਂ ਜੀ, ਸਾਰੇ ਨੌਜਵਾਨ ਜਿਹੜੇ ਨੇ ਵੱਧ ਤੋਂ ਵੱਧ ਬੂਟੇ ਲਗਾਉਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਗਰਾਊਂਡਾਂ ਵੱਲ ਵਧਣ, ਕਿਉਂਕਿ ਗਰਾਊਂਡਾਂ ਵਿੱਚ ਵਧਣਗੇ ਅਤੇ ਜ਼ਿੰਦਗੀ ਦਾ ਜਿਹੜਾ ਉਹ ਸੁਧਾਰ ਹੋ ਸਕੇਗਾ। ਨਸ਼ਿਆਂ ਵਿੱਚ ਤਾਂ ਜ਼ਿੰਦਗੀ ਜਿਹੜੀ ਆ ਦਿਨ ਬ ਦਿਨ ਤਬਾਹ ਹੁੰਦੀ ਜਾ ਰਹੀ ਹੈ ਜੀ, ਕਿਉਂਕਿ ਇਹ ਬੂਟੇ ਲਾਉਣ ਦੇ ਨਾਲ ਜਿਹੜਾ ਵਾਤਾਵਰਨ ਆ ਸਾਡਾ ਵਾਤਾਵਰਨ ਸ਼ੁੱਧ ਹੋਏਗਾ, ਕਿਉਂਕਿ ਅਸੀਂ ਕੁਦਰਤ ਦੇ ਨਾਲ ਬਹੁਤ ਖਿਲਵਾੜ ਕਰ ਚੁੱਕੇ ਹਾਂ, ਅੱਗਾਂ ਲਾ ਲਾ ਕੇ ਜਿਹੜੇ ਆ ਬੂਟੇ ਨੇ ਇਹ ਸਾੜ ਚੁੱਕੇ ਹਾਂ, ਅਤੇ ਹੁਣ ਉਸੇ ਜੋ ਅਸੀਂ ਕੁਦਰਤ ਦੇ ਨਾਲ ਖਿਲਵਾੜ ਕੀਤਾ ਵਾ ਉਹ ਕੁਦਰਤ ਸਾਨੂੰ ਵਾਪਸ ਜਿਹੜੀ ਆ ਟੈਂਪਰੇਚਰ ਜਿਹੜਾ ਵਾ 47-48 ਡਿਗਰੀ ਤੱਕ ਜਾ ਰਿਹਾ ਵਾ, ਜਿਹੜਾ ਹੁਣ ਸਾਨੂੰ ਸਾਰਿਆਂ ਨੂੰ ਭੁਗਤਣਾ ਪੈ ਰਿਹਾ। ਸੋ ਮੈਂ ਮੈਸੇਜ ਦੇਣਾ ਚਾਹੁੰਦਾ ਹਾਂ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਜਿਹੜੇ ਪੌਦੇ ਨੇ ਉਹ ਲਗਾਏ ਜਾਣ, ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਇੰਨੇ ਵੱਡੇ ਟੈਂਪਰੇਚਰ ਦਾ ਸਾਹਮਣਾ ਨਾ ਕਰਨਾ ਪਏ ਅਤੇ ਸਾਨੂੰ ਗਰਮੀ ਤੋਂ ਰਾਹਤ ਮਿਲੇ। ਧੰਨਵਾਦ ਜੀ।